वाहिगुरु जी का खालसा वाहिगुरु जी की फतेह। स्क्रीन दे उपर नंबर आ रहा, तुसी एदे ते मेनू व्हाट्सएप मैसेज कर सकते हो जां व्हाट्सएप कॉल कर सकते हो सोहणे सोहणे सूटां दे डिजाइन देखण वास्ते, सोहणे सोहणे सूट लैण वास्ते। लो जी, आ साडा समान हले इत्थे खिल रहा पिया। असी रात आए, काफ़ी नेरा हो गया सी, 2:30 वज गए सीगे ते हुण सवेर हो गई आ। ਕਿੱਥੇ ਕਿੱਥੇ ਘੁੰਮ ਕੇ ਆਏ? ਸਤਿ ਸ਼੍ਰੀ ਅਕਾਲ ਜੀ। ਦਰਬਾਰ ਸਾਹਿਬ ਅੰਮ੍ਰਿਤਸਰ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਅਤੇ ਹੁਣ ਆਪਾਂ ਚਲੋ ਰਾਤ ਆ ਆਰਾਮ ਨਾਲ ਸੈੱਟ ਕਰਾਂਗੇ, ਕਿਉਂਕਿ ਥਕਾਵਟ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ, ਬਹੁਤ ਲੰਬਾ ਸਫ਼ਰ ਆ, ਹੈ ਨਾ। ਰਾਜਪੁਰੇ ਤੋਂ ਗਏ, ਪਟਿਆਲੇ ਤੋਂ ਆਏ, ਕੌਣ ਕੌਣ ਆਇਆ, ਕਿਵੇਂ ਹੋਇਆ, ਸਾਰਾ ਤੁਹਾਨੂੰ ਐਕਸਪਲੇਨ ਕਰਾਂਗੇ। ਆ ਵੀਰ ਜੀ ਨੇ ਜਾਣਾ ਪਹਿਲਾਂ, ਹੁਣ ਉਹਨਾਂ ਦੀ ਰੋਟੀ ਰੋਟੀ ਬਣਾ ਦਈਏ ਅਤੇ ਫਿਰ ਬਾਅਦ ਵਿੱਚ ਆਪਾਂ ਆਪਣੇ ਕੰਮ ਕਾਰ ਸ਼ੁਰੂ ਕਰਾਂਗੇ। ਹਾਂ, ਰਾਣੀ ਭੈਣ ਦਹੀਂ ਪਾ ਕੇ ਲੱਸੀ ਬਣਾ ਦੇਣਗੇ ਉਹਨਾਂ ਨੂੰ। ਆਟਾ ਗੁੰਨਿਆ ਜੀ, ਮਿੱਸੀ ਰੋਟੀ ਖਾਂਦੇ ਨੇ ਉਹ ਸਵੇਰੇ ਸਵੇਰੇ ਅਤੇ ਦੁਪਹਿਰ ਦੀ ਲੈ ਜਾਣਗੇ। ਉਹ ਸਾਜਰੇ ਹੀ ਚਲੇ ਜਾਂਦੇ ਨੇ ਪਿੰਡ ਖੇਤਾਂ 'ਚ, ਚਮਾਰੂ ਚਲੇ ਜਾਣਗੇ ਹੁਣ ਉਹ, ਫਿਰ ਸਾਰਾ ਦਿਨ ਆਪਣਾ ਉੱਥੇ ਹੀ ਰਹਿਣਗੇ। ਬਾਹਰ ਬੜਾ ਸੋਹਣਾ ਮਾਹੌਲ ਹੈਗਾ, ਉਹ ਦੁੱਧ ਲੈਣ ਗਏ ਹੋਏ ਸੀਗੇ। ਹਾਂ ਵੇਖੋ, ਬਹੁਤ ਵਧੀਆ ਆਲਾ ਦੁਆਲਾ ਦੁੱਧ ਲੈ ਕੇ ਆ ਗਏ ਵੀਰ ਜੀ। ਹਾਂ ਲਓ ਜੀ, ਬੜਾ ਸੋਹਣਾ ਮੌਸਮ ਹੋ ਗਿਆ ਹੁਣ ਤਾਂ ਸਵੇਰ ਸਵੇਰ ਦਾ, ਅਤੇ ਠੰਡ ਵੀ ਹੋਣ ਲੱਗ ਗਈ ਆ। ਹਾਂ, ਇਹਨਾਂ ਦਾ ਆਲਾ ਦੁਆਲਾ ਥੋੜ੍ਹੇ ਜਿਹੇ ਅਸੀਂ ਕੱਪੜੇ ਧੋ ਕੇ ਪਾ ਤੇ ਸੁੱਕਣੇ। ਲਓ ਜੀ, ਕੱਪੜੇ ਕੁੱਪੜਿਆਂ ਦਾ ਕੰਮ ਵੀ ਅਸੀਂ ਨਿਬੇੜ ਲਿਆ ਤਕਰੀਬਨ। ਨਿੱਕੀ ਜੀ ਕੁੱਕਰੀ ਆ ਰਾਣੀ ਭੈਣ ਦੀ, ਮਹਾਨੀ ਜੀ ਕੁੱਕਰੀ, ਆਪਾਂ ਨੇ ਲਈ ਜੀ ਦੂਜੀ ਮਸ਼ੀਨ ਖੁੱਲੀ, ਫਾਇਦਾ ਹੋ ਗਿਆ, ਬਹੁਤ ਫਾਇਦਾ ਹੋ ਗਿਆ। ਨਹੀਂ ਚਲੋ, ਦੂਜੀ ਮਸ਼ੀਨ ਦਾ ਕੱਪੜੇ ਧੋਣੇ ਆਪਾਂ ਨੂੰ ਝੱਲਣੇ ਪੈਂਦੇ ਸੀ, ਇਹਦੇ ਕੋਈ ਲੋੜ ਨਹੀਂ ਹੈਗੀ, ਇੱਧਰ ਕੰਮ ਕਰਦੇ ਕਰਦੇ ਨਿਬੜ ਗਿਆ, ਹੁਣ ਸੁੱਕਣੇ ਪਾ ਦਾਂਗੇ, ਸਾਨੂੰ ਕੱਪੜੇ ਸੁੱਕਣੇ ਪਾ ਕੇ ਆਵਾਂਗੇ, ਇੰਨੇ ਆਪਣੇ ਆਲੂ ਉੱਪਰ ਜਾਣਾ। ਆਹ ਦੇਖੋ ਰਾਣੀ ਭੈਣ ਦੇ, ਹਜੇ ਆਪਣਾ ਉੱਧਰ ਵੀ ਗਾਹ ਹੋਵੇ ਪਿਆ, ਘਰ ਦਾ ਅੱਧਾ ਕੁ ਟੂਰ ਕਰਾ ਦਿੰਦੇ ਆ। ਆਹ ਪਿੱਛੇ ਇੱਧਰ ਦੀ ਆਹ ਜਾਂਦੀ ਹੈ ਗਲੀ ਜੀ, ਪਿੱਛੇ ਇਹਨਾਂ ਦਾ ਵਿਹੜਾ ਆ ਜਾਂਦਾ ਛੋਟਾ ਜਿਹਾ। ਆਹ ਦੇਖੋ, ਇੱਥੇ ਇਹਨਾਂ ਨੇ ਪਿਆਜ਼ ਪਿਊਜ਼ ਹੋਰ ਚੀਜ਼ਾਂ ਰੱਖੀਆਂ ਹੋਈਆਂ ਨੇ। ਇੱਧਰ ਇਹਨਾਂ ਦਾ ਬਾਥਰੂਮ ਆ ਗਿਆ, ਅਤੇ ਆ ਇਹਨਾਂ ਨੇ ਨਵੀਂ ਮਸ਼ੀਨ ਲਈ ਆ ਰਾਣੀ ਭੈਣ ਨੇ, ਬਲੈਕ ਕਲਰ ਆ ਗਿਆ, ਗ੍ਰੇ ਨਹੀਂ ਹੈਗਾ। ਉੱਪਰੋਂ ਬਲੈਕ ਆ, ਨੀਚੇ ਗ੍ਰੇ ਆ, ਗੋਲਡ ਹਾਂ ਗ੍ਰੇ, ਕੋਈ ਨਹੀਂ ਹੌਲੀ ਹੌਲੀ ਉੱਤਰ ਜਾਏਗਾ। ਇਹਨੂੰ ਕੀ ਆ, ਵਿੱਚ ਧੋਤੇ ਗਏ, ਵਿੱਚ ਸੁੱਕ ਗਏ, ਹਾਂ ਵੀ ਐਨ ਵਧੀਆ ਹੋ ਕੇ ਆ ਜਾਂਦਾ। ਲਓ ਜੀ, ਆ ਸਟੈਂਡ 'ਤੇ ਇੱਧਰ ਕੱਪੜੇ ਪਾ ਦਿੰਦੇ ਨੇ ਰਾਣੀ ਭੈਣ। ਇੱਥੇ ਹੁਣ ਧੁੱਪ ਆ ਜਾਣੀ ਆ, ਮੇਲਾ ਦਾ 11 ਵਜੇ ਤੋਂ ਆ ਜਾਏਗੀ, ਹੈ ਨਾ ਰਾਣੀ ਭੈਣ, 12 ਵਜੇ ਤੋਂ। ਹਾਲੇ ਤਾਂ ਸਵੇਰ ਦੇ ਮੇਲਾ ਦਾ 7 ਵਜੇ ਨੇ ਗੇ, ਨਾ ਲੋੜ ਨਹੀਂ ਹੈਗੀ, ਕਿਹੜਾ ਇੰਨੇ ਹੁੰਦੇ ਨੇ, ਇੰਨੇ ਕੁ ਨੇ ਬਾਲਟੀ ਦੇ ਵਿੱਚ, ਹਵਾ ਬਹੁਤ ਵਧੀਆ ਆਉਂਦੀ ਆ ਰਾਣੀ ਭੈਣ ਉਰੇ, ਹੈ ਨਾ, ਠੰਡੀ ਠੰਡੀ। ਹੁਣ ਮੌਸਮ ਦਾ ਵੀ ਕਿੰਨਾ ਫਰਕ ਪੈ ਗਿਆ ਨਾ। ਆਹ ਦੇਖੋ ਜੀ, ਅੱਧੀਆਂ ਗੱਡੀਆਂ ਤਾਂ ਚਲੀਆਂ ਗਈਆਂ ਹੁਣ ਇੱਥੇ ਇੱਥੇ ਇਹਨਾਂ ਦੇ, ਆਹ ਖਾਲੀ ਪਲੋਟ ਸਾਹਮਣੇ ਇੱਥੇ ਲਾ ਦਿੰਦੇ ਨੇ ਗੱਡੀਆਂ। ਹਾਂ, ਮੈਂ ਰਾਣੀ ਭੈਣ ਨੂੰ ਕਿਹਾ, ਮੈਂ ਹਜੇ ਇੱਥੇ ਵੀ ਘਰ ਬਣ ਗਿਆ, ਫਿਰ ਤਾਂ ਗਲੀ 'ਚ ਹੀ ਲੱਗਣਗੀਆਂ ਸਭ ਦੀਆਂ, ਤੁਹਾਡੀ ਤਾਂ ਵੈਸੇ ਅੰਦਰ ਲੱਗ ਜਾਂਦੀ ਆ। ਕਹਿੰਦੇ 12 ਸਾਲ ਬਾਅਦ ਤਾਂ ਨਾ ਰੱਬ ਰੂੜੀ ਦੀ ਵੀ ਸੁਣਦਾ। ਹਾਂਜੀ, ਜਿਵੇਂ ਹੁਣ ਅਸੀਂ 12 ਸਾਲ ਬਾਅਦ ਸੁੱਖ ਤਾਰ ਕੇ ਆਏ ਹਾਂ, ਕੋਈ ਵੀ ਕੰਮ ਹੈ ਕਿਸੇ ਦਾ ਵੀ, ਜਿਹੜੀ 12 ਸਾਲ ਬਾਅਦ ਸੁੱਖ ਉਹ ਪੂਰਾ ਹੋ ਜਾਂਦਾ ਜ਼ਰੂਰ। ਮਾਤਾ ਕਹਿੰਦੇ ਨੇ ਫਿਰ ਹੁਣ ਇਹਨਾਂ ਦਾ ਸਰੀਰ ਵਾਲੇ ਬੱਚੇ ਨੂੰ ਟਾਈਮ ਲੱਗਦਾ, ਪਤਾ ਹੋ ਜਾਂਦਾ ਸੁਣਦਾ ਜ਼ਰੂਰ ਹੈ। ਫਿਰ ਮੈਂ ਆਸਾ ਲੱਗ ਗਈ, ਮੈਂ ਕਿਹਾ 12 ਸਾਲ ਬਾਅਦ ਸੁੱਖ ਤਾਰੀ, ਮੈਂ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਊਗੀ। ਚਲੋ ਲਓ ਜੀ, ਸਫਾਈਆਂ ਵੀ ਹੋਣ ਲੱਗ ਗਈਆਂ, ਕਿਉਂਕਿ ਫਿਰ 2 ਦਿਨਾਂ ਤੋਂ ਸਫਾਈ ਨਹੀਂ ਸੀ ਹੋਈ ਗਏ ਹੋਏ ਹੋਣਾ ਕਰਕੇ। ਇੱਧਰ ਰਾਣੀ ਭੈਣ ਦਾ ਬੈਡਰੂਮ, ਵਿੱਚ ਹੀ ਤੁਹਾਨੂੰ ਹੋਮ ਟੂ, ਉੱਥੇ ਮੈਂ ਬੈਠੀ ਕੰਮ ਕਰ ਰਹੀ ਸੀ, ਮੇਰੀ ਡਾਇਰੀ ਪਈ ਆ, ਅਤੇ ਆਹ ਦੇਖੋ ਇਹ ਭੈਣ ਦਾ ਕਮਰਾ, ਇੱਧਰ ਕਿਚਨ ਦੀ ਸਫਾਈ ਹੋ ਰਹੀ ਆ,
आलू छिले आ खिलारा तो असि हौली हौली चका गे आलू लेके आए सी वीर जी सवेरे सवेरे टेबल ते पे ने गे हाँ दीदी नूं भोग भी दे दिओ नहीं तुरत नहीं वैसे बना के रख देखो जी किड्डा बड़ा पतासा है भन के सारे जने ले लांगे ते बाकी आह किन्नी वाला प्रसाद है नहीं सारे कि आपदे आपदे उन्ना दे पैकेट बन दे ने गुरुद्वारे च हां जी बंटते कुछ कुछ रह गए ड्राइवर सने छेवीं ड्राइवर दी फैमिली फैमिली नहीं सी मतलब ओ तां कल्ला ही सी हां हां उधर फैमिली दी उहनां दी सी साडी हो गई किराए दी उहनां दी हो गई तिन्न इक ड्राइवर दी हो गई चार इक भाई होर रस्ते च होए फिर सारी बस पर इक बार वाले भोई दे मुंडा बहु बच्चे उहनां दे बस भर दी छोटी हो गई वधिया 17 18 जाने सी पिछे वैन च बेड लग्या होया न्याणे तां सुत्ते ही आए ने हां वधिया है नहीं तां अपनी गड्डी च दिखे हो जंदा हां बोतलां बोतलां सब कढ़नियां है सारा कुछ अच्छे रहा जोड़ मेला भरदा उथे सानू नहीं सी पता इस चीज का भी उथे जोड़ मेला भरदा देखो पहला असि कई लोग ना अमृतसर पहला मत्था टेक के उथे अरदास करके जिन्हां दे नहीं कोई कोई मनोकामना हुंदी आ ओ थे अरदास करके अमृतसर तुरदे ने फिर इत्थे बाबा बुड्ढा जी दे आउंदे ने प्याज लस्सी लेके आए सी ओह फिर ओवें ही जांदे ने सारे लोग उत्थे ओदन तां खड़न नूं थां नहीं सीगा उत्थे इन्ना रश सी देख ला अस तां 12 साल बाद अदविंदर बाबा बुड्ढा जी ते उत्थे आपां ने हैना बेनती कीती सीगी फिर उदों होया हैना वैसे तां गेड़े लाई ही जांदे ते अमृतसर साहिब जांदे आउंदे साल जाने सुख तारन असीं हुण गए आ स्पेशल अरदास कर सारी फैमिली ने जा सारी हुण गए हां ने ठीक है अपने घर दे ठीक 12 साल बाद सुख लई आ बाबा जी साल हो जाने ते जदे वाले ने लेनी सुख जदे ही लेनी को फसना मर्जी बंदा हां कहते दिलों अरदास करो सुनदे ने सुनदे ने मत्था टेकन चले गए पहला बाबा बुड्ढा जी उत्थे रश होण करके ना काफी दूर गड्डी खड़ी ते उत्थों असीं तुरके गए ते उस तों बाद अमृतसर भी बहुत ज्यादा रश सीगा ते उत्थे भी मतलब चार चार घंटे लाइन च लग के फिर मत्था टिकया उस टाइम मैनू ऐ सी भी बस मैं हुण अपनियां अड्डियां ते खड़ नहीं सकदी हैगी इन्नियां चीसां मार रहीआं सीगीआं ते फिर असीं मत्था टेक के आ के सरोवर दे कंढे ते बैठ गए
ਤੁਹਾਨੂੰ ਆਪ ਬੀਤੀ ਦੱਸ ਰਹੀ ਹਾਂ ਮੈਂ ਤੇ ਉੱਥੇ ਮੈਨੂੰ ਐ ਸੀ ਵੀ ਬਸ ਮੈਨੂੰ ਕੋਈ ਕਹਿ ਨਾ ਦੇਵੇ ਵੀ ਉੱਥੇ ਲੰਗਰ ਛਕਣ ਜਾਣਾ ਜਾਂ ਆਪਾਂ ਪਾਣੀ ਪੀਣ ਜਾਣਾ ਜਾਂ ਕਿਸੇ ਨੇ ਬਾਥਰੂਮ ਵੀ ਮੈਂ ਉੱਠ ਕੇ ਤੁਰ ਨਹੀਂ ਸਕਦੀ ਹੈਗੀ ਬਸ ਮੈਂ ਤਾਂ ਉੱਥੇ ਦਿਲੋਂ ਅਰਦਾਸ ਕੀਤੀ ਵੀ ਬਾਬਾ ਜੀ ਬਸ ਵੀ ਜੇ ਤੁਸੀਂ ਗਾਹਾਂ ਨੂੰ ਬੁਲਾਉਣਾ ਮੈਨੂੰ ਮੇਰੇ ਆ ਜਿਹੜੇ ਦਰਦ ਦੁਰਦ ਨੇ ਇਹਨਾਂ ਨੂੰ ਸਾਰਿਆਂ ਨੂੰ ਦੂਰ ਕਰ ਦਿਉ ਜਦੋਂ ਮੈਂ ਘਰੇ ਆਈ ਹੈ ਨਾ ਘਰੇ ਆ ਕੇ ਚਲੋ ਮੈਨੂੰ ਉਲਟੀਆਂ ਉਲਟੀਆਂ ਤਾਂ ਲੱਗ ਗਈਆਂ ਹੈ ਨਾ ਥੋੜ੍ਹਾ ਜਿਹਾ ਹੋ ਹੀ ਜਾਂਦਾ ਸਫ਼ਰ ਦੇ ਵਿੱਚ ਪਰ ਉਦੋਂ ਦੂਜੇ ਦਿਨ ਨੂੰ ਹਲੇ ਤੱਕ ਮੇਰੀਆਂ ਅੱਡੀਆਂ ਨਹੀਂ ਦੁਖੀਆਂ ਹੈਗੀਆਂ ਜਿਹੜਾ ਬੰਦਾ ਸ਼ਰਧਾ ਨਾਲ ਉੱਥੇ ਉਹ ਕਰਦਾ ਦਿਲੋਂ ਅਰਦਾਸ ਕਰਦਾ ਉਹਦੀ ਪੂਰੀ ਹੁੰਦੀ ਆ ਮੈਂ ਤੁਹਾਨੂੰ ਰੋਜ਼ ਕਹਿੰਦੀ ਨੀ ਸੀ ਜਾਂ ਸਿਰ ਚ ਮਾਲਿਸ਼ ਕਰਦੇ ਸੀ ਮੇਰੀ ਅੱਡੀਆਂ ਤੇ ਨੀ ਵਜਨ ਆਉਂਦਾ ਅੱਡੀਆਂ ਤੇ ਨੀ ਵਜਨ ਹੁਣ ਮੈਨੂੰ 2 ਦਿਨ ਹੋ ਗਏ ਦੇਖ ਲਾ ਮਹਾਰਾਜ ਦੀ ਕਿਰਪਾ ਨਾਲ ਕੋਈ ਉਹ ਨਹੀਂ ਹੈਗਾ ਹਾਂ ਸੁਣਦਾ ਹਾਂ ਪਰਮਾਤਮਾ ਤਾਂ ਆਪਣੇ ਹਿਰਦੇ ਦੇ ਵਿੱਚ ਆ ਹਿਰਦੇ ਚੋਂ ਧਿਆਨ ਲੋ ਚਾਹੇ ਹਾਂ 2:30 ਵਜੇ ਅਸੀਂ ਉਰੇ ਪਹੁੰਚੇ ਆ ਫਿਰ ਉੱਥੇ ਬੀਬੀ ਹੋਣੀ ਜਾ ਕੇ ਮੇਲਾ 3:15 ਵਜੇ ਪਹੁੰਚੇ ਨੇ ਹਨਾ 3:15 ਵਜੇ ਪਹੁੰਚੇ ਨੇ ਹਾਂ ਪਟਿਆਲੇ ਜਿਹੜੀ ਸਾਡੇ ਵਾਲੀ ਲੈਣ ਸੀ ਮੇਰੀ ਬੀਬੀ ਉਹਨਾਂ ਦੀ ਰਾਣੀ ਭੈਣ ਦੀ ਮਾਸੀ ਜੀ ਦੀ ਤੇ ਉਹ ਬਾਰਨਾਲਿਆਂ ਦੀ ਉਹ ਤਾਂ ਲਾਈਨ ਚ ਅਸੀਂ 1.25 ਘੰਟੇ ਚ ਟੇਕ ਲਿਆ ਜਿੱਦਾਂ ਰਹਾ ਹੋਮ ਕੁਕਿੰਗ ਵਾਲੇ ਸੀਗੇ ਇਹਨਾਂ ਦੀ ਲਾਈਨ ਤਾਂ 4 ਘੰਟੇ ਲੱਗ ਗਏ 3.5-4 ਘੰਟੇ ਲੱਗ ਗਏ ਇੰਨੀ ਤਾਂ ਸੇਵਾ ਲੈਣੀ ਸੀ ਖੜਾਉਣ ਦੀ ਉਹਨੇ ਜਿੰਨਾ ਉਹ ਲੈਣਾ ਆਹ ਮੌਸਮ ਠੀਕ ਸੀ ਲਓ ਜੀ ਅਸੀਂ ਉੱਥੇ ਤਾਂ ਵੀਡੀਓ ਬਣਾਈ ਨੀ ਹੈਗੀ ਕਿਉਂਕਿ ਸਾਨੂੰ ਐ ਸੀ ਵੀ ਅਸੀਂ ਜਿਹੜਾ ਮੇਨ ਮਕਸਦ ਲਈ ਜਾ ਰਹੇ ਹਾਂ ਹਨਾ ਗੁਰੂ ਦੇ ਦਰਸ਼ਨਾਂ ਨੂੰ ਵੀ ਬਸ ਸਾਡਾ ਧਿਆਨ ਉੱਥੇ ਹੀ ਹੋਵੇ ਹਨਾ ਇੱਧਰ ਉੱਧਰ ਨਾ ਹੋਵੇ ਤਾਂ ਕਰਕੇ ਉੱਥੇ ਨੀ ਵੀਡੀਓ ਬਣਾਈ ਹੈਗੀ ਤੇ ਉਰੇ ਆ ਕੇ ਤੁਹਾਨੂੰ ਸਾਰਾ ਦੱਸਤਾ ਫਿਰ ਅਸੀਂ ਦਰਬਾਰ ਸਾਹਿਬ ਚੋਂ ਚੱਲ ਕੇ ਫਿਰ ਅਸੀਂ ਜਲੰਧਰ ਹਵੇਲੀ 'ਚ ਖਾਣਾ ਖਾਧਾ ਉੱਥੇ ਪੰਜਾਬੀ ਹੋਮ ਕੁਕਿੰਗ ਵਾਲਿਆਂ ਨੇ ਵੀਡੀਓ ਪਾਈ ਹੋਈ ਆ ਜੇ ਤੁਸੀਂ ਦੇਖਣੀ ਆ ਉੱਥੇ ਮਾੜੀ ਮੋਟੀ ਤਾਂ ਤੁਸੀਂ ਉਹ ਚੈਨਲ 'ਤੇ ਦੇਖ ਸਕਦੇ ਹੋ ਅਤੇ ਅੱਧਾ ਕੁ ਕੰਮ ਤਾਂ ਨਿਬੇੜਤਾ ਲਓ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆ ਖਣਾਉਣਾ ਲਿਆ ਸੀ ਉੱਥੋਂ ਉਹਨੇ ਚੱਲਿਆ ਨਹੀਂ ਹੈਗਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਹੁਣ ਆਪਾਂ ਕਰਦੇ ਹਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਲੰਗਰ ਪਾਣੀ ਤਿਆਰ ਕਰਦੇ ਹਾਂ ਹਾਂ